ਖਬਰ ਮੋਗਾ ਤੋਂ ਜਿੱਥੇ ਮੋਗਾ ਸ਼ਹਿਰ ਦੀਆਂ ਦੋ ਲੜਕੀਆਂ ਨੇ ਆਪਣੇ ਖੂਨ ਨਾਲ ਚਿੱਠੀ ਲਿਖ ਕੇ ਰਾਸ਼ਟਰਪਤੀ ਤੋਂ ਪਰਿਵਾਰ ਸਮੇਤ ਮਰਨ ਦੀ ਇਜਾਜ਼ਤ ਮੰਗੀ ਹੈ। ਦਰਅਸਲ ਇਹਨਾਂ ਦੋਹਾਂ ਲੜਕੀਆਂ ਤੇ ਠੱਗੀ ਦੇ ਦੋ ਅਲੱਗ ਅਲੱਗ ਮਾਮਲੇ ਦਰਜ ਨੇ। ਇਹਨਾਂ ਲੜਕੀਆਂ ਦਾ ਕਹਿਣਾ ਹੈ ਕਿ ਪੁਲਿਸ ਇਹਨਾਂ ਦੀ ਸੁਣਵਾਈ ਨਹੀਂ ਕਰ ਰਹੀ। ਉੱਥੇ ਸ਼ਿਕਾਇਤ ਕਰਨ ਵਾਲਿਆਂ ਨੇ ਵੀ ਇਹਨਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ਜਿਸ ਤੋਂ ਦੁਖੀ ਹੋ ਕੇ ਇਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਆਪਣੇ ਖੂਨ ਦੇ ਨਾਲ ਚਿੱਠੀ ਲਿਖ ਕੇ ਪਰਿਵਾਰ ਸਮੇਤ ਜ਼ਿੰਦਗੀ ਖਤਮ ਕਰਨ ਦੀ ਇਜਾਜ਼ਤ ਮੰਗੀ ਹੈ। ਪੀੜਿਤ ਨਿਸ਼ਾ ਅਤੇ ਅਮਨਜੋਤ ਨੇ ਮੀਡੀਆ ਨੂੰ ਖੂਨ ਨਾਲ ਲਿਖਿਆ ਪੱਤਰ ਦਿਖਾਇਆ ਅਤੇ ਕਿਹਾ ਕਿ ਪੁਲਿਸ ਨੇ ਉਹਨਾਂ 'ਤੇ ਦੋ ਮਾਮਲੇ 420 ਦੇ ਦਰਜ ਕੀਤੇ ਨੇ ਜੋ ਕਿ ਝੂਠੇ ਨੇ। ਸਰ, ਮਤਲਬ ਮੈਂ ਨਾ ਸਕੂਲ ਦੇ ਵਿੱਚ ਪੜ੍ਹਾਉਂਦੀ ਸੀ, ਦੇਸਮਾ ਮਾਡਲ ਸਕੂਲ ਦੇ ਵਿੱਚ, ਅਤੇ ਰਸਤੇ ਵਿੱਚ ਸੁਨੀਲ ਕੁਮਾਰ ਸੂਦ ਬੰਦੇ ਦੀ ਦੁਕਾਨ ਆਉਂਦੀ ਹੈ ਮੋਬਾਈਲ ਦੀ, ਅਤੇ ਇਹਦੇ ਕੋਲੋਂ ਮੈਂ ਦੋ ਵਾਰੀ ਰੀਚਾਰਜ ਕਰਵਾਇਆ ਸੀ, ਅਤੇ ਰੀਚਾਰਜ ਕਰਵਾਉਣ ਤੋਂ ਬਾਅਦ ਇਹਨੇ ਦੱਸਿਆ ਕਿ ਤੁਹਾਡੇ ਫੋਨ 'ਚ ਕੋਈ ਪ੍ਰੋਬਲਮ ਹੈ ਜਿਹਦਾ ਖਰਚਾ ਕਿ 2,250 ਹੈਗਾ ਵੈ। ਅਤੇ ਮੈਂ ਕਿਹਾ ਵੀਰੇ, ਮੈਨੂੰ ਤਾਂ ਸੈਲਰੀ ਅਜੇ ਮਿਲੀ ਨਹੀਂ, ਮੈਂ ਬਾਅਦ 'ਚ ਕਰਵਾ ਲੂੰਗੀ। ਕਹਿੰਦਾ ਤੁਹਾਨੂੰ ਕਿੰਨੀ ਕੁ ਸੈਲਰੀ ਮਿਲਦੀ ਹੈ? ਮੈਂ ਕਿਹਾ 2,500 ਰੁਪਈਆ ਹੀ ਮਿਲਦੀ ਹੈ। ਕਹਿੰਦਾ ਮੇਰੀ ਵਾਈਫ ਨਾ ਮਤਲਬ ਆਪਣਾ ਪੜ੍ਹਾਉਂਦੀ ਹੈ ਸਕੂਲ ਦੇ ਵਿੱਚ, ਪੜ੍ਹਾਉਂਦੀ ਹੈ ਚੰਨੂ ਵਾਲੇ ਮਾਡਲ ਸਕੂਲ 'ਚ, ਅਤੇ ਮੈਂ ਤੁਹਾਨੂੰ ਉੱਥੇ ਲਗਵਾ ਦਿੰਦਾ ਵਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਤੁਸੀਂ ਪੁੱਛ ਲਿਓ, ਕੋਈ ਗੱਲ ਨਹੀਂ। 2-4 ਦਿਨ ਬਾਅਦ ਨਾ ਇਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਦੁਕਾਨ 'ਤੇ ਬੁਲਾਇਆ। ਕਹਿੰਦੇ ਕਿ ਮਤਲਬ ਨਹਿਰੂ ਪਾਰਕ ਦੇ ਕੋਲ ਸ਼ਿਵਾਲਿਕ ਸਕੂਲ ਆ, ਤੁਸੀਂ ਉੱਥੇ ਜੋਬ ਕਰ ਲਓ, ਉੱਥੇ ਸੈਲਰੀ ਅੱਛੀ ਮਿਲਦੀ ਆ। ਮੈਂ ਉੱਥੇ ਇੰਟਰਵਿਊ ਦਿੱਤਾ ਸੀਗਾ, ਅਤੇ ਉੱਥੇ ਮੈਨੂੰ 5,000 ਰੁਪਇਆ ਸੈਲਰੀ ਮਿਲਣੀ ਸ਼ੁਰੂ ਹੋ ਗਈ। ਉਹਨਾਂ ਨੇ ਮੈਨੂੰ ਸਕੂਲ ਵਾਲਿਆਂ ਨੇ ਪੜ੍ਹਾਇਆ ਵੀ, ਮੇਰੀ ਆਈਲੈਟਸ ਵੀ ਕਰਾਈ, ਮੇਰੀ ਬਹੁਤ ਮਦਦ ਕੀਤੀ ਸ਼ਿਵਾਲਿਕ ਸਕੂਲ ਵਾਲਿਆਂ ਨੇ। ਇਸ ਤਰ੍ਹਾਂ ਕੀ ਹੋਇਆ ਕਿ ਬਾਅਦ ਵਿੱਚ ਮੈਂ ਆਈਲੈਟਸ ਦੀ ਕਲਾਸਾਂ ਲਾਉਂਦੀ ਸੀ, ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ, ਅਤੇ ਮੈਂ ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਸੀ। ਮੈਂ ਸਰ ਨੂੰ ਵੀਰੇ ਨੂੰ ਕਿਹਾ, ਮੈਂ ਕਿਹਾ ਵੀਰੇ ਤੁਸੀਂ ਮਤਲਬ ਕਹਿ ਕੇ ਤਾਂ ਮੈਨੂੰ 2 ਘੰਟੇ ਲਵਾ ਦਿਆ ਕਰੋ ਸਕੂਲ ਵਿੱਚ, ਚਲੋ ਮੈਨੂੰ ਉਹਦੀ ਤਨਖਾਹ ਹੀ ਮਿਲੀ ਜਾਵੇ। ਅਤੇ ਵੀਰੇ ਨੇ ਮੈਨੂੰ ਕਹਿਤਾ, ਕਹਿੰਦੇ ਆ ਮੁੰਡਾ ਤੇਰੇ ਨਾਲ ਕੌਣ ਹੁੰਦਾ? ਇਹ ਮੇਰੀ ਸਹੇਲੀ ਅਮਨ ਹੈ, ਅਤੇ ਕਹਿੰਦੇ ਕੋਈ ਮੁੰਡਾ ਕੌਣ ਹੁੰਦਾ ਤੇਰੇ ਨਾਲ? ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੁੰਡਾ ਨਹੀਂ ਇਹ ਕੁੜੀ ਹੈ, ਇਹਦਾ ਨਾਮ ਅਮਨ ਹੈ, ਅਤੇ ਮੇਰੇ ਨਾਲ ਹੀ ਪੜ੍ਹੀ 8ਵੀਂ ਕਲਾਸ ਤੋਂ ਲੈ ਕੇ ਤਾਂ ਅੱਜ ਤੱਕ ਮੇਰੇ ਨਾਲ ਹੀ ਰਹਿੰਦੀ ਆਉਂਦੀ ਵੀ ਆ। ਕਹਿੰਦੇ ਵੀ ਇਹਦੇ ਨਾਲ ਮਤਲਬ ਤੁਸੀਂ ਦੋਨੋਂ ਜਣੀਆਂ ਰਲ ਕੇ ਵਿਆਜ ਅਤੇ ਫਾਈਨਾਂਸ ਦਾ ਕੰਮ ਕਰ ਲਓ, ਤੁਸੀਂ ਲੋਕਾਂ ਕੋਲੋਂ 2-2% 'ਤੇ ਪੈਸੇ ਲਵੋ, ਮੈਂ ਤੁਹਾਡੇ ਪੈਸੇ ਗਾਂ ਵਿਆਜ 'ਤੇ ਚੜਾਊਂਗਾ, ਤੁਹਾਨੂੰ ਚੰਗੀ ਵਿਆਜ ਦਊਂਗਾ, ਤੁਹਾਡੇ ਖਰਚੇ ਘਰ ਚਲਾਊਂਗਾ, ਤੁਹਾਡੀ ਪੜ੍ਹਾਈ ਪੂਰੀ ਕਰਵਾਊਂਗਾ ਮੈਂ। ਇਸੇ ਗੱਲ ਕਰਕੇ 15,000 ਰੁਪਇਆ ਮੈਂ ਇਕੱਠਾ ਕੀਤਾ ਆਪਣੀ ਗਲੀ ਗਵਾਂਢ 'ਚੋਂ, 15,000 ਰੁਪਇਆ ਅਮਨ ਨੇ ਇਕੱਠਾ ਕੀਤਾ, ਅਸੀਂ ਇਹਨਾਂ ਨੂੰ 30,000 ਰੁਪਇਆ ਦਿੱਤਾ ਸੀ। 30,000 ਤੋਂ ਬਾਅਦ ਇਹਨੇ ਸਾਨੂੰ ਸਹੀ ਤਰੀਕੇ ਨਾਲ ਪੈਸੇ ਵਾਪਸ ਕੀਤੇ। ਬਾਅਦ ਵਿੱਚ ਜਿਹੜੇ ਕਿ ਅਸੀਂ 1.5 ਸਾਲ ਤੋਂ ਸਾਡੇ ਨਾਲ ਇਹਦਾ ਕੰਮ ਚੱਲ ਰਿਹਾ ਸੀ, ਵਧੀਆ ਸਾਡੇ ਘਰ ਆਉਂਦਾ ਜਾਂਦਾ ਸੀ, ਬਹੁਤ ਪ੍ਰੇਮ ਪਿਆਰ ਸੀ, ਮੇਰੇ ਤੋਂ ਰਾਖੀ ਵੀ ਬਣਵਾਈ ਸੀ ਇਹਨੇ। ਉਸ ਤੋਂ ਬਾਅਦ ਕੀ ਹੋਇਆ ਕਿ 1,000 ਤੋਂ ਲੈ ਕੇ ਮੁੜ ਕੇ ਲੱਖਾਂ ਦੇ ਹਿਸਾਬ ਨਾਲ ਸਾਡੇ ਤੋਂ ਪੈਸੇ ਲੈਣ ਲੱਗ ਗਿਆ, ਇਹਨੇ ਸਾਡੇ ਨਾਲ ਵਿਹਾਰ ਬਣਾ ਲਿਆ, ਅਤੇ ਇਸ ਤਰ੍ਹਾਂ ਕਰਕੇ ਇਹਦੇ ਕੋਲ ਸਾਡੇ 21,60,000 ਰੁਪਇਆ ਫਸ ਗਿਆ। 2 ਫੋਨ ਇਹਨੇ ਰੱਖ ਲਏ, ਬਾਅਦ ਵਿੱਚ ਸਾਡੇ ਨਾਲ ਮਾਰਕੁੱਟ ਕੀਤੀ ਹੈ 26 ਨਵੰਬਰ ਨੂੰ ਰਾਤ ਨੂੰ। ਅਸੀਂ ਇਹਦੀ ਦਰਖਾਸਤ ਥਾਣੇ ਵਿੱਚ ਵੀ ਦਿੱਤੀ ਸੀ, ਸਾਡੀ ਕੋਈ ਸੁਣਵਾਈ ਨਹੀਂ ਹੋਏਗੀ। ਹੁਣ ਉਸ ਤੋਂ ਬਾਅਦ ਇਹਨੇ ਨਸ਼ੇੜੀ ਮੁੰਡਿਆਂ ਕੋਲੋਂ ਮੇਰੇ 'ਤੇ ਪਰਚਾ ਕਰਵਾਇਆ ਕਬੂਤਰਬਾਜ਼ੀ ਦਾ, ਕਹਿੰਦਾ ਇਹ ਤਾਂ ਬਾਹਰ ਲੋਕਾਂ ਨੂੰ ਏਜੰਟੀ ਲਈ ਭੇਜਦੀ ਆ, ਜਿਹਦੇ ਵਿੱਚ ਕਿ 8 ਮਹੀਨੇ ਹੋ ਗਏ ਮੈਂ ਆਪਦੇ ਘਰ ਨਹੀਂ ਰਹਿ ਪਾ ਰਹੀ। ਜਦੋਂ ਮੈਂ ਘਰ ਆਉਂਦੀ ਹਾਂ ਮੇਰੇ 'ਤੇ ਹਮਲੇ ਕਰਾਉਂਦਾ, ਸਾਡੇ ਘਰ ਚੋਰੀ ਕਰਵਾਈ, ਕੈਮਰੇ ਬਣਵਾ ਤੇ ਇਹਨੇ, ਮੇਰੇ ਭਰਾ ਨੂੰ 3 ਵਾਰੀ ਚੱਕ ਕੇ ਪੋਸਟ ਤੋਂ ਸਿੱਟਿਆ ਗਿਆ, ਮੇਰੇ ਭਰਾ ਨੂੰ ਅਸੀਂ ਬਾਹਰ ਕਰਤਾ ਇੱਥੋਂ। ਹੁਣ ਮੈਂ ਖੁਦ ਸੜਕਾਂ 'ਤੇ ਰਹਿ ਰਹੀ ਹਾਂ, ਗੁਰਦੁਆਰਿਆਂ 'ਚ ਰਹਿ ਰਹੀ ਹਾਂ, 2 ਦਿਨ ਤੋਂ ਮੈਂ ਘਰ ਆਈ ਹਾਂ ਆਪਣੇ, 2 ਦਿਨ ਤੋਂ ਇਹਨਾਂ ਦੇ ਬੰਦੇ ਗਲੀਆਂ 'ਚ ਕੀੜੇ ਮਾਰ ਰਹੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ। ਰਸਤਿਆਂ ਵਿੱਚ ਮੇਰੀ ਚੁੰਨੀਆਂ ਖਿੱਚੀਆਂ ਜਾਂਦੀਆਂ, ਮੇਰੀਆਂ ਵੀਡੀਓ ਬਣਾਈਆਂ ਜਾਂਦੀਆਂ, ਕਿਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਪਈ। ਇਸੇ ਲਈ ਮੈਂ ਰਾਸ਼ਟਰਪਤੀ ਜੀ ਨੂੰ ਐਪਲੀਕੇਸ਼ਨ ਦੇ ਰਹੀ ਹਾਂ ਕਿ ਮੈਨੂੰ ਮੇਰੇ ਪਰਿਵਾਰ ਦੇ ਨਾਲ ਮਤਲਬ ਮਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਤੁਸੀਂ ਲੈਟਰ ਕਿਸ ਪੈਨ ਨਾਲ ਲਿਖੀ ਹੈ ਜੀ? ਇਹ ਅਸੀਂ ਆਪਣੇ ਖੂਨ ਨਾਲ ਲਿਖੀ ਹੈ ਜੀ, ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ। ਉਹ ਬੰਦਿਆਂ ਕੋਲ ਪਾਵਰ ਹੈ, ਉਹ ਕਹਿੰਦੇ ਅਸੀਂ ਬਾਦਲ ਦੇ ਬੰਦੇ, ਕਹਿੰਦੇ ਕਿੰਨਾ ਦੇ ਬੰਦੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਨਸ਼ਾ ਕਰ ਕਰਕੇ, ਨਸ਼ਾ ਕਰਕੇ ਸਾਨੂੰ ਤੰਗ ਪਰੇਸ਼ਾਨ ਕਰਦੇ ਆ, ਸਾਰੇ ਬੰਦੇ ਨੇ ਛੇੜੀ ਆ ਜੀ, ਜਿਹਦੇ ਵਿੱਚ ਕਿ ਨਾਮ ਇਹਨਾਂ ਦਾ ਹੈਗਾ ਸੁਨੀਲ ਕੁਮਾਰ ਸੂਦ ਆ, ਵਿਕਾਸ ਕੁਮਾਰ ਗੁਲਾਟੀ ਆ, ਦੁਪਿੰਦਰ ਸਿੰਘ ਆ, ਸੰਨੀ ਤਲਵਾਰ ਆ, ਇਹਨਾਂ ਦੇ ਨਾਲ 4-5 ਬੰਦੇ ਹੋਰ ਆਉਂਦੇ ਨੇ ਜਿਹੜੇ ਸਾਨੂੰ ਧਮਕੀਆਂ ਦਿੰਦੇ ਨੇ ਕਿ ਤੁਹਾਨੂੰ 1 ਮਿੰਟ 'ਚ ਚੁਕਾ ਦਾਂਗੇ, ਤੂੰ ਤਾਂ ਮਹਾਜਨਾਂ ਦੀ ਕੁੜੀ ਆ, ਤੇਰੇ ਅੱਗੇ ਪਿੱਛੇ ਕੋਈ ਨਹੀਂ, ਪਿਓ ਤੇਰਾ ਪਾਗਲ ਆ, ਕਵਾੜੀਆ ਹੈਗਾ, ਤੇਰਾ ਕੋਈ ਕੁਛ ਨਹੀਂ ਕਰ ਸਕਦਾ। ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਮੈਂ ਤਾਂ ਸਰ ਜੀ ਇਹੀ ਮੰਗ ਕਰਦੀ ਹਾਂ, ਜੋ ਨਾਮ ਮੇਰੇ 'ਤੇ ਲੱਗੇ ਗਏ ਨੇ, ਇਹਨੇ ਮੇਰੀ ਛੋਟੀ ਜਿਹੀ ਉਮਰ 22 ਸਾਲ ਦੀ ਉਮਰ ਦੇ ਵਿੱਚ ਇਹਨੇ ਮੇਰੀ ਇੱਜ਼ਤ 'ਤੇ ਇੱਡਾ ਵੱਡਾ ਨਾਮ ਲਾ ਤਾ, 8 ਮਹੀਨੇ ਮੈਨੂੰ ਘਰ ਨਹੀਂ ਰਹਿਣ ਦਿੱਤਾ ਗਿਆ ਸਰ ਜੀ। ਮੈਂ ਹੁਣ ਹੋਰ ਕੁਛ ਨਹੀਂ ਕਰ ਸਕਦੀ, ਬਸ ਮੈਂ ਇਹੀ ਚਾਹੁੰਦੀ ਹਾਂ ਕਿ ਮੈਂ ਮਰਨਾ ਹੀ ਚਾਹੁੰਦੀ ਹਾਂ, ਇਹਨਾਂ ਦੇ ਖਿਲਾਫ਼ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਕਿਉਂਕਿ ਇਹਨਾਂ ਨੇ ਬਹੁਤ ਕੁਛ ਕਰਤਾ ਮੇਰੇ ਨਾਲ। ਸਾਡੀ ਇੰਕੁਆਇਰੀ ਲੱਗੀ ਹੋਈ ਹੈ, ਅਤੇ ਅਸੀਂ ਵੀ ਮੇਰੇ ਫਰੈਂਡ 'ਤੇ ਪਰਚਾ ਲਗਾ ਪਵਾਇਆ ਸੀ ਉਹਨਾਂ ਨੇ ਨਿਸ਼ਾ 'ਤੇ ਕਿ ਵੀ ਕਬੂਤਰਬਾਜ਼ੀ ਦਾ। ਮੈਂ ਅਤੇ ਮੇਰੀ ਫਰੈਂਡ ਫਾਈਨੈਂਸ ਦਾ ਕੰਮ ਕਰਦੇ ਹਾਂ ਸੀ, ਅਸੀਂ ਕੋਈ ਟਰੈਵਲ ਏਜੰਟ ਦਾ ਕੰਮ ਨਹੀਂ ਕਰਦੇ ਸੀ। ਅਤੇ ਮੇਰੀ ਫਰੈਂਡ 'ਤੇ ਇਹਨਾਂ ਨੇ 8 ਲੱਖ ਦਾ, ਇੱਕ ਦੁਪਿੰਦਰ ਨਾਮ ਅਤੇ ਸੁਨੀਲ ਕੁਮਾਰ ਸੂਦ ਦਾ ਹੀ ਦੋਸਤ ਆ ਦੁਪਿੰਦਰ, ਜਿਹਨੂੰ ਅਸੀਂ ਕਦੇ ਦੇਖਿਆ ਨਹੀਂ, ਜਾਣਦੇ ਨਹੀਂ, ਪਛਾਣਦੇ ਨਹੀਂ,
ਅਗਲਾ ਕਹਿ ਦੇਵੇ ਤੂੰ ਕੁੜੀ ਨੂੰ ਕੀ ਸਮਝ ਕੇ 8 ਲੱਖ ਰੁਪਏ ਦੇ ਤੇ, ਉਹ ਦਿੱਤੇ ਵੀ ਉਹਨੂੰ ਸੁਨੀਲ ਕੁਮਾਰ ਸੂਦ ਨੂੰ ਜਿੱਥੇ ਸਾਡੇ ਪੈਸੇ ਫਸੇ ਹੋਏ ਆ। ਮਤਲਬ ਇਹਦਾ ਕਹਿਣ ਦਾ ਮਤਲਬ ਇਹ ਕਿ ਇਹੀ ਬੰਦਾ ਸਾਰਾ ਕੁਛ ਕਰਾ ਰਿਹਾ, ਨਹੀਂ ਤਾਂ ਉਹ ਬੰਦੇ ਨੇ ਕਦੇ ਨੂੰ ਫੋਨ ਨਹੀਂ ਕੀਤਾ। ਅਗਰ ਜਿਹੜਾ 8 ਲੱਖ ਨੂੰ 5 ਲੱਖ ਦੇ ਰਿਹਾ ਮੈਡੀਕਲ ਲਈ ਪੈਸੇ ਦੇ ਰਿਹਾ ਵਾ, ਉਹ ਵੀ ਸੁਨੀਲ ਕੁਮਾਰ ਸੂਦ ਦੀ ਦੁਕਾਨ 'ਤੇ ਦੇ ਰਿਹਾ ਵਾ, ਵੀ ਕਦੇ ਉਹਨੇ ਇਹ ਨਹੀਂ ਕਿਹਾ ਕਿ ਵੀ ਤੂੰ ਇਹਨੂੰ ਕਦੇ ਫੋਨ ਵੀ ਨਹੀਂ ਕੀਤਾ ਜਾਂ ਕਦੇ ਤੂੰ ਪੁੱਛਿਆ ਵੀ ਨਹੀਂ ਗਾ ਵੀ ਕਿੰਨੇ ਕੁ ਬੰਦੇ ਬਾਹਰ ਭੇਜ ਚੁੱਕੀ ਆ, ਕੋਈ ਸਾਡਾ ਆਫਿਸ ਨਹੀਂ ਵੇਖਿਆ ਇਹਨੇ ਵੀ ਇਹਨੇ ਇਹ 'ਤੇ ਪਰਚਾ ਗਲਤ ਪਵਾਇਆ ਹੈ। ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? ਅਸੀਂ ਸਰ ਹਰ ਜਗ੍ਹਾ ਜਾ ਚੁੱਕੇ ਹਾਂ, ਪੁਲਿਸ ਅਫਸਰ ਕੋਲ, SSP ਕੋਲ ਵੀ ਦਰਖਾਸਤ ਦੇ ਚੁੱਕੇ ਹਾਂ, ਹਰ ਜਗ੍ਹਾ ਜਾ ਚੁੱਕੇ ਹਾਂ, ਕੋਈ ਤਾਂ ਸਾਡੀ ਗੱਲ ਸੁਣਦਾ ਅਤੇ ਕੋਈ ਨਹੀਂ ਸੁਣਦਾ ਬਿਲਕੁਲ ਵੀ, ਪਰ ਇਹ ਪਰਚਾ ਸਾਡੇ 'ਤੇ ਝੂਠਾ ਹੋਇਆ। ਅਸੀਂ ਤਾਂ ਬਸ ਇਹੀ ਕਹਿੰਦੇ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅਤੇ ਇਹ ਪਰਚਾ ਸਾਡੇ 'ਤੇ ਰੱਦ ਕੀਤਾ ਜਾਵੇ ਜੋ ਝੂਠਾ ਪਰਚਾ। ਜਦੋਂ ਇਸ ਮਾਮਲੇ ਦੇ ਵਿੱਚ DSP ਕੁਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨੀਸ਼ਾ ਅਤੇ ਅਮਨਜੋਤ ਕੌਰ 'ਤੇ 420 ਦੇ 2 ਮਾਮਲੇ ਦਰਜ ਨੇ, ਲੇਕਿਨ ਲੜਕੀਆਂ ਦਾ ਕਹਿਣਾ ਹੈ ਕਿ ਪਰਚੇ ਝੂਠੇ ਹਨ, ਜਿਸ ਦੇ ਚਲਦਿਆਂ ਲੜਕੀਆਂ ਵੱਲੋਂ ਪੰਜਾਬ ਸਰਕਾਰ ਤੋਂ ਜਾਂਚ ਮਾਰਗ ਕਰਵਾਈ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀਆਂ ਦੇ ਖਿਲਾਫ ਨਿਸ਼ਾ ਅਤੇ ਕਮਨਜੋਤ ਕੌਰ, ਜਿਨ੍ਹਾਂ ਦੇ ਖਿਲਾਫ 2 ਮੁਕੱਦਮੇ ਦਰਜ ਹੋਏ ਨੇ ਅਲੱਗ ਅਲੱਗ, ਕਿ ਇਹਨਾਂ ਨੇ ਇੱਕ ਨੇ ਏਜੰਟੀ ਦੇ ਤੌਰ 'ਤੇ ਪੈਸੇ ਲੈ ਕੇ ਠੱਗੀ ਮਾਰੀ ਹੈ, ਅਤੇ ਦੂਜੀ ਲੜਕੀ ਦਾ ਉਹਨਾਂ ਨੇ ਮੋਟਰਸਾਈਕਲ ਦਾ ਜਿਹੜਾ ਲੋਨ ਰਹਿੰਦਾ ਸੀ ਮੋਟਰਸਾਈਕਲ ਵੇਚਤਾ ਬਿਨਾਂ ਲੋਨ ਦੇ ਹੁੰਦਿਆਂ ਹੋਇਆ, ਉਹਦੇ ਸੰਬੰਧ ਵਿੱਚ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ। ਲੜਕੀਆਂ ਵੱਲੋਂ ਇੱਕ ਕੰਪਲੇਂਟ ਆਈ ਹੈ ਵੀ ਅਸੀਂ ਨਾ ਤਾਂ ਕੋਈ ਏਜੰਟੀ ਦਾ ਕੰਮ ਕਰਦੀਆਂ ਔਰ ਅਸੀਂ ਤਾਂ ਫਾਈਨਾਂਸ ਦਾ ਕੰਮ ਕਰਦੀਆਂ ਸੀ, ਅਤੇ ਫਾਈਨਾਂਸ 'ਤੇ ਅਸੀਂ ਲੋਕਾਂ ਨੂੰ ਪੈਸੇ ਦਿੱਤੇ ਆ ਅਤੇ ਉਹਨਾਂ ਦੀ ਵਿਆਜ ਦੇ ਹਿਸਾਬ ਨਾਲ ਅਸੀਂ ਸਾਡਾ ਲੈਣ ਦੇਣ ਚੱਲਦਾ ਸੀ, ਅਸੀਂ ਕੋਈ ਏਜੰਟ ਦਾ ਇਹੋ ਜਿਹਾ ਕੰਮ ਨਹੀਂ ਕਰਦੇ, ਜਿਹਦੇ ਨਾਲ ਜਿਹਦੇ ਕਰਕੇ ਅਸੀਂ ਉਹ ਮੈਟਰ ਦੀ ਇਨਕੁਆਇਰੀ ਕਰ ਰਹੇ ਹਾਂ, ਅਜੇ ਜੋ ਅਸਲੀਅਤ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ। ਕੋਈ DGP ਸਾਹਿਬ ਵੱਲੋਂ ਕੋਈ ਇਨਕੁਆਇਰੀ ਮਾਰਕ ਉਹਨਾਂ ਨੇ DGP ਸਾਹਿਬ ਨੂੰ ਮਿਲੇ ਸੀ ਇਸ ਸੰਬੰਧ 'ਚ? ਹਾਂਜੀ, ਉਹਨਾਂ ਨੇ DGP ਸਾਹਿਬ ਤੋਂ ਮਿਲ ਕੇ ਇਨਕੁਆਇਰੀ ਮਾਰਕ ਕਰਵਾਈ ਹੈ ਇਹਨਾਂ ਮੁਕੱਦਮਿਆਂ ਦੇ ਸੰਬੰਧ ਦੇ ਵਿੱਚ, ਅਸੀਂ ਉਹ ਮੁਕੱਦਮੇ ਜਿਹੜੇ ਦਰਜ ਹੋਏ ਉਹਨਾਂ ਦੀ ਇਨਕੁਆਇਰੀ ਕਰ ਰਹੇ ਹਾਂ। ਕਿੰਨੇ ਮੁਕੱਦਮੇ ਦਰਜ ਆ ਦੋਨਾਂ ਕੁੜੀਆਂ 'ਤੇ ਜੀ? ਇਹ 2 ਮੁਕੱਦਮੇ ਦਰਜ ਹੋਏ ਨੇ City 2 ਦੇ ਵਿੱਚ ਅਲੱਗ ਅਲੱਗ। ਕਿੰਨੇ ਪੈਸੇ ਟੋਟਲ, ਕਿੰਨੇ ਅਮਾਊਂਟ ਆ ਜਿਹੜੀ ਦੱਸ ਰਹੇ? ਮੁਕੱਦਮੇ ਦੇ ਵਿੱਚ 5 ਲੱਖ ਰੁਪਈਆ ਕਹਿ ਰਹੇ ਨੇ ਮਦਈ ਜਿਹੜੇ ਨੇ ਮੁਕੱਦਮਾ ਜਿਹਨਾਂ ਨੇ ਦਰਜ ਕਰਾਇਆ, ਦੂਜੇ ਮੁਕੱਦਮੇ ਦੇ ਵਿੱਚ 1,20,000 ਰੁਪਏ ਦੀ ਗੱਲ ਕਰ। ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ।